ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਮਾਨਸਾ ਦੀਆਂ ਜਿੱਥੇ ਬੀਤੀ ਰਾਤ ਮੌਤ ਬਣ ਕੇ ਮੀਂਹ ਵਰਿਆ ਤੇ ਕਿਸੇ ਦਾ ਆਸ਼ੀਆਨਾ ਸੀ ਜੋ ਢਹਿ ਢੇਰੀ ਹੋਇਆ ਪਿਆ, ਜਿੱਥੇ ਮੀਂਹ ਨਾਲ ਘਰ ਦੀ ਛੱਤ ਡਿੱਗੀ ਤੇ ਇੱਕ ਪਰਿਵਾਰ ਦੀ ਨੂੰਹ ਗੁੱਡੋ ਦੀ ਜਾਨ ਵੀ ਚਲੀ ਗਈ ਤੇ ਉਸੇ ਘਰ ਦਾ ਮਾਲਕ ਖੇਮ ਕਰਨ ਵੀ ਇਸ ਹਾਦਸੇ 'ਚ ਬੁਰੀ ਤਰ੍ਹਾਂ ਪੱਟਰ ਹੋ ਗਿਆ। ਘਰ 'ਚ ਪਿਆ ਸਾਰਾ ਕੀਮਤੀ ਸਮਾਨ ਛੱਤ ਡਿੱਗਣ ਨਾਲ ਤਬਾਹ ਹੋ ਗਿਆ। ਰਾਤ ਨੂੰ ਸੁੱਤੇ ਸੁੱਤੇ ਹੀ ਇਸ ਪਰਿਵਾਰ 'ਤੇ ਕਹਿਰ ਢਹਿ ਗਿਆ। ਜਦੋਂ ਹੋਸ਼ ਆਇਆ ਤਾਂ ਬਸ ਤਬਾਹੀ ਦਾ ਮੰਜ਼ਰ ਸੀ, ਜਿੱਥੇ ਜ਼ਖਮੀ ਹੋਏ ਖੇਮ ਕਰਨ ਨੂੰ ਹਸਪਤਾਲ 'ਚ ਲੋਕਾਂ ਨੇ ਭਰਤੀ ਕਰਵਾਇਆ ਜਿੱਥੇ ਉਹ ਜ਼ੇਰੇ ਇਲਾਜ ਹੈ। ਸੁੱਤੇ ਪਏ ਸੀਗੇ, 3:30 ਵਜੇ ਦਾ ਟਾਈਮ ਸੀਗਾ ਜੀ, ਤੇ ਮੇਰੇ ਘਰ ਦੇ ਗਏ ਪਏ ਸੀ ਦੋਨੇ ਬੈੱਡ ਤੇ, ਤੇ ਇਕਦਮ ਉੱਤੇ ਐਂ ਲੱਗਿਆ ਮੈਨੂੰ ਜਿਹੜੇ ਭਾਰ ਡਿੱਗੇ ਪਿਆ, ਡਿੱਗੀ ਹੱਥ ਹੈਗਾ ਭਾਰ, ਵੀ ਮੇਰੇ ਘਰ ਦੀ ਨਾਲ ਡੈਥ ਹੋ ਗਈ ਉੱਥੇ ਮੇਰੇ ਮਾੜੇ ਮੁੰਡੇ ਹੱਥਾਂ ਨੇ। ਕਾਬਲੇ ਗੌਰ ਹੈ ਕਿ ਇਸ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਫੰਡ ਮਿਲਣਾ ਸੀ ਜੋ ਨਹੀਂ ਮਿਲ ਪਾਇਆ। ਹੁਣ ਇਲਾਕਾ ਨਿਵਾਸੀਆਂ ਨੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਵਾਰਡ ਨੰਬਰ 3 ਦੇ ਵਿੱਚ ਜੀ ਵੇਦ ਪ੍ਰਕਾਸ਼ ਦਾ ਜਿਹੜਾ ਪਰਿਵਾਰ ਰਹਿੰਦਾ ਸੀਗਾ, ਉਹਨਾਂ ਦੀ ਨੂੰਹ ਪੁੱਤਰ ਇੱਕ ਕਮਰੇ ਦੇ ਵਿੱਚ ਪਏ ਸੀ, ਜਿਸ ਕਮਰੇ ਦੀ ਛੱਤ ਡਿੱਗਣ ਕਰਕੇ ਨੂੰਹ ਦੀ ਮੌਤ ਹੋ ਗਈ ਹੈ ਤੇ ਬੇਟਾ ਜ਼ਖਮੀ ਹਸਪਤਾਲ ਦੇ ਵਿੱਚ ਹੈਗਾ। ਤੇ ਇਹ ਇੱਕ ਮਤਲਬ ਇਹਨਾਂ ਦਾ ਆਵਾਸ ਯੋਜਨਾ ਦਾ ਜਿਹੜਾ ਹੈ ਫੰਡ ਰਿਲੀਜ਼ ਹੋਇਆ ਹੋਇਆ ਸੀ, ਬਟ ਇਹਨਾਂ ਨੂੰ ਮਿਲਿਆ ਨਹੀਂ ਸੀ। ਗਰੀਬੀ ਕਾਰਨ ਇਹ ਛੱਤ ਨਹੀਂ ਉਹ ਕਰ ਸਕੇ, ਨਵੀਂ ਬਣਵਾ ਸਕੇ। ਤੇ ਅਸੀਂ ਹੁਣ ਪੁਰਜ਼ੋਰ ਮਤਲਬ ਸਰਕਾਰ ਅੱਗੇ ਅਪੀਲ ਕਰਦੇ ਹੈਗੇ ਆ ਵੀ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ, ਅਤੇ ਜੋ ਪਹਿਲਾਂ ਵਾਲੇ ਆਵਾਸ ਯੋਜਨਾ ਤਹਿਤ ਫੰਡ ਰਿਲੀਜ਼ ਹੋ ਚੁੱਕੇ ਨੇ ਬਟ ਪ੍ਰਸ਼ਾਸਨ ਅਜੇ ਤੱਕ ਉਹਨਾਂ ਦੇ ਅਕਾਊਂਟਸ ਦੇ ਵਿੱਚ ਪੇ ਨਹੀਂ ਕਰ ਰਿਹਾ, ਤਾਂ ਕਿ ਹੋਰ ਮੰਦਭਾਗੀ ਘਟਨਾ ਨਾ ਵਾਪਰੇ। ਅੱਜ ਵਾਰਡ ਨੰਬਰ 3 ਦੇ ਵਿੱਚ ਮੇਰੇ ਛੱਤ ਡਿੱਗੀ ਹੈ ਤਕਰੀਬਨ 3:30 ਵਜੇ। ਇਹ ਗਰੀਬ ਪਰਿਵਾਰ ਸੀ ਸਾਡੇ ਵੇਦ ਪ੍ਰਕਾਸ਼ ਜੀ, ਇਹਨਾਂ ਦਾ ਬੇਟਾ ਖੇਮ ਕਰਨ, ਉਹਨਾਂ ਦੀ ਨੂੰਹ ਗੁੱਡੋ, ਜੋ ਗੁੱਡੋ ਇਹਨਾਂ ਦਾ ਨੂੰਹ ਅਤੇ ਬੇਟਾ ਅਲੱਗ ਕਮਰੇ 'ਚ ਪਏ ਸੀ, ਉਸ ਕਮਰੇ ਦੀ ਛੱਤ ਡਿੱਗ ਪਈ, ਉਹਦੇ ਵਿੱਚ ਇਹਨਾਂ ਦੀ ਨੂੰਹ ਦੀ ਡੈਥ ਹੋ ਚੁੱਕੀ ਹੈ। ਬੜਾ ਹੀ ਗਰੀਬ ਪਰਿਵਾਰ ਸੀ। ਅੱਜ ਤਾਂ ਬੇਨਤੀ ਕਰੂੰਗਾ ਸਰਕਾਰ ਨੂੰ, ਇਹਨਾਂ ਦੀ ਕੋਈ ਮਦਦ ਕਰਨੀ ਚਾਹੀਦੀ ਹੈ। ਸਰਕਾਰ ਬਹੁਤ ਸਮੇਂ ਤੋਂ ਜਿਹੜੇ ਆ 1.5-1.5 ਲੱਖ ਰੁਪਈਏ ਗਰੀਬਾਂ ਨੂੰ ਮਕਾਨਾਂ ਖਾਤਰ ਮਿਲਣੇ ਹੈ, ਢੰਗ ਖਾਤਰ ਉਹਨਾਂ ਖਾਤਰ ਬਹੁਤ ਲੰਬੇ ਸਮੇਂ ਤੋਂ ਉਹ ਲਮਕਾਉਂਦੀ ਤੁਰੀ ਆ ਰਹੀ ਹੈ। ਇਹਨਾਂ ਦੇ ਖਾਤੇ 'ਚ ਜਲਦੀ ਪਵਾਏ ਜਾਣ ਤਾਂ ਇਹਨਾਂ ਗਰੀਬ ਬੰਦਿਆਂ ਦੀ ਮਦਦ ਹੋ ਚੁੱਕੇ। ਜਦੋਂ ਇਹ ਪਰਿਵਾਰ ਬੀਤੀ ਰਾਤ ਆਪਣੇ ਕੰਮ ਨਿਬੇੜ ਕੇ ਚੈਨ ਨਾਲ ਮੰਜਿਆ ਤੇ ਸੁੱਤਾ ਸੀ ਤਾਂ ਕਿਸੇ ਨੂੰ ਖੈਰ ਖਬਰ ਵੀ ਨਹੀਂ ਸੀ ਕਿ ਭਾਣਾ ਵਰਤ ਜਾਵੇਗਾ। ਖੈਰ ਹੁਣ ਇਸ ਘਰ ਦੇ ਜੀ ਨੇ ਤਾਂ ਮੁੜ ਕੇ ਵਾਪਸ ਨਹੀਂ ਆਉਣਾ, ਪਰ ਦੇਖਣ ਵਾਲੀ ਗੱਲ ਹੈ ਕਿ ਇਸ ਪਰਿਵਾਰ ਨੂੰ ਸਰਕਾਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਮਿਲਦੀ ਹੈ ਜਾਂ ਨਹੀਂ। ਮਾਨਸਾ ਤੋਂ ਜੀਵਨ ਕ੍ਰਾਂਤੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।